ਸਿਰ ਗਰੁੱਪ ਆਫ ਇੰਸਟੀਟਿਊਸ਼ਨ ਜਲੰਧਰ, ਗਰੁੱਪ ਆਫ ਇੰਸਟੀਟਿਊਸ਼ਨ ਜਲੰਧਰ ਦਾ ਵਿਸ਼ੇਸ਼ ਉਪਰਾਲਾ, ਵਿਸ਼ੇਸ਼ ਐਫਰਟਸ ਸਾਡੇ ਚੇਅਰਮੈਨ ਸ਼੍ਰੀ ਅਨਿਲ ਚੋਪੜਾ ਜੀ, ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਸਮੂਹ ਮੈਨੇਜਮੈਂਟ ਦਾ ਵਿਸ਼ੇਸ਼ ਉਪਰਾਲਾ, ਉਹਨਾਂ ਦੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਤੀਜਾ ਵਾਲੀਬਾਲ ਟੂਰਨਾਮੈਂਟ 19-20 ਅਪ੍ਰੈਲ ਕਰਵਾਇਆ ਜਾ ਰਿਹਾ, ਜਿਹੜਾ ਅੱਜ ਪਹਿਲਾ ਦਿਨ ਆ। ਸੈਂਟ ਸੋਲਜਰ ਗਰੁੱਪ ਆਫ ਇੰਸਟੀਟਿਊਸ਼ਨ ਜਿਹਨਾਂ ਦੀ ਬਹੁਤ ਵੱਡੀ ਸ਼ਾਖਾ ਆ, ਜਿਹਨਾਂ ਦੇ ਵਿੱਚ 35 ਸਕੂਲ, 22 ਦੇ ਕਰੀਬ ਕਾਲਜਸ, ਜਿਹਨਾਂ ਦੇ ਵਿੱਚ ਤਕਰੀਬਨ 50,000 ਦੇ ਕਰੀਬ ਵਿਦਿਆਰਥੀ ਪੜ੍ਹਦੇ ਆ, 5,000 ਦੇ ਕਰੀਬ ਮਿਹਨਤੀ ਸਟਾਫ ਅੱਛੇ ਨਤੀਜੇ ਪੇਸ਼ ਕਰਦਾ ਆ, ਅਤੇ ਉਹਨਾਂ ਦਾ ਜਿਹੜਾ ਉਪਰਾਲਾ ਆ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਉਤਸ਼ਾਹਿਤ ਕਰਨਾ, ਖਿਡਾਰੀਆਂ ਨੂੰ ਵੀ ਉਤਸ਼ਾਹਿਤ ਕਰਨਾ। ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਵੱਲੋਂ, ਸਮੂਹ ਸਟਾਫ ਵੱਲੋਂ ਕੀਤਾ ਜਾਂਦਾ ਆ, ਸਾਡੇ ਚੇਅਰਮੈਨ ਸਰ ਦਾ, ਵਾਈਸ ਚੇਅਰਪਰਸਨ ਮੈਮ ਦਾ, ਜਿਨ੍ਹਾਂ ਦੇ ਵਿਸ਼ੇਸ਼ ਐਫਰਟ ਦੇ ਨਾਲ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਜਿਹੜਾ ਲਗਾਤਾਰ ਤੀਸਰਾ ਟੂਰਨਾਮੈਂਟ ਵਾਲੀਬਾਲ ਦਾ ਕਰਵਾਇਆ ਜਾ ਰਿਹਾ, ਅਸੀਂ ਧੰਨਵਾਦ ਕਰਦੇ ਹਾਂ। ਤਕਰੀਬਨ ਸਾਡੇ ਕੋਲ 32 ਟੀਮਾਂ ਮਾਝੇ, ਮਾਲਵੇ, ਦੁਆਬੇ ਦੀਆਂ ਪਹੁੰਚੀਆਂ ਆ, ਉਹਨਾਂ ਦੇ ਮੰਨੇ ਪਰਮੰਨੇ ਖਿਡਾਰੀ ਪਹੁੰਚੇ ਆ, ਅਤੇ ਪਹਿਲਾ ਪ੍ਰਾਈਜ਼ 21,000, ਦੂਸਰਾ ਪ੍ਰਾਈਜ਼ 15,000, ਤੀਸਰਾ ਪ੍ਰਾਈਜ਼ 9,900 ਦਿੱਤਾ ਜਾਣਾ ਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਖੇਡ ਮੇਲੇ ਦੇ ਨਾਲ ਜੁੜੇ ਪੇਰੈਂਟਸ, ਸਟੂਡੈਂਟਸ, NRI ਵੀਰ, ਇਲਾਕਾ ਨਿਵਾਸੀ, ਟੀਚਰਸ, ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਜੀ, ਸਾਰਿਆਂ ਦਾ ਜਿਨ੍ਹਾਂ ਨੇ ਰਲ ਮਿਲ ਕੇ ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਉਣਾ, ਅਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਸਾਡੀ ਸਮੂਹ ਮੈਂਟ ਦਾ, ਬਹੁਤ ਬਹੁਤ ਧੰਨਵਾਦ ਹੈ ਜੀ। ਹੁਣ ਜਿਹੜਾ ਅਗਲਾ ਮੈਚ ਸ਼ੁਰੂ ਹੋਣ ਜਾ ਰਿਹਾ, ਪੱਖੋਵਾਲ ਉੱਗਾ ਕ੍ਰਿਕਟ ਖਿਡਾਰੀ ਆਪਣੇ ਸਮੇਂ ਦਾ, ਅਤੇ ਅਮੈਰੀਕਾ ਦੇ ਵਿੱਚ ਜਾ ਕੇ ਜਿਸ ਵੀਰ ਨੇ ਮੱਲਾਂ ਮਾਰੀਆਂ ਆ, ਅਤੇ ਸਾਡੇ ਪਿੰਡ ਨੂੰ ਮਾਣ ਆ ਕਿ ਉੱਥੇ ਪੁਲਿਸ ਦੇ ਵਿੱਚ ਬਹੁਤ ਵੱਡਾ ਅਫਸਰ ਜਿਹੜਾ ਅਹੁਦੇ 'ਤੇ ਸ਼ੋਭਿਤ ਹੋਇਆ ਸਾਡਾ ਵੀਰ ਜਸਪਿੰਦਰ ਸਿੰਘ ਸੋਤਾ, ਅਤੇ ਦਾਸ ਦੇ ਨਾਲ ਕ੍ਰਿਕਟ ਬਹੁਤ ਖੇਡੀ ਹੈ ਆਪਾਂ, ਇਲਾਕੇ ਦੇ ਵਿੱਚ ਉਸ ਵੀਰ ਦਾ ਨਾਮ ਆ ਬੈਟਿੰਗ ਬੋਲਿੰਗ ਦੇ ਵਿੱਚ, ਅਤੇ ਸਪੈਸ਼ਲ ਅਮੈਰੀਕਾ ਤੋਂ ਸਾਡਾ ਵੀਰ ਜਿਹੜਾ ਟੂਰਨਾਮੈਂਟ ਲਈ ਪਹੁੰਚਿਆ ਆ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਸਪਿੰਦਰ ਸਿੰਘ ਸੋਤਾ ਬੱਬੂ USA ਤੋਂ ਪਹੁੰਚਿਆ, ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ, ਬਹੁਤ ਬਹੁਤ ਧੰਨਵਾਦ ਆ ਵੀਰ, ਸਪੈਸ਼ਲ ਅਮੈਰੀਕਾ ਤੋਂ ਇਸ ਟੂਰਨਾਮੈਂਟ ਦੇ ਨਾਲ ਪਿਆਰ ਆ, ਸਕੂਲ ਦੇ ਨਾਲ ਪਿਆਰ ਆ, ਮੈਂ ਧੰਨਵਾਦ ਕਰਦਾ ਇਸ ਵੀਰ ਦਾ, ਅਤੇ ਨਾਲ ਮੇਰਾ ਵੀਰ ਸਟੂਡੈਂਟ, ਕਈ ਪ੍ਰੋਫੈਸ਼ਨਲ ਜਿਹੜੇ ਇਸ ਸੰਸਥਾ ਦੇ ਨਾਲ ਜੁੜ ਕੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਦੇ ਆ। ਹਾਲ ਹੀ ਦੇ ਵਿੱਚ ਵੀ ਇਹਨਾਂ ਦੀਆਂ ਸੇਵਾਵਾਂ ਮੈਂ ਦੇਖੀਆਂ, ਲਿੰਕ ਕੋਈ ਕਰਦਾ ਜਦੋਂ ਇਹਨਾਂ ਦਾ ਸਾਰੀ ਪੁੱਛ ਪੜਤਾਲ ਕਰਦੇ ਆ, ਅਤੇ ਜਿਹੜੀ ਇਹ ਸੰਸਥਾ ਆ ਉਸ ਵਿਦਿਆਰਥੀ ਵਰਗ ਦੇ ਲਈ ਅੱਗੇ ਆਉਂਦੀ ਆ। ਮੈਂ ਇਸ ਵੀਰ ਦੇ ਐਫਰਟ ਲਈ ਧੰਨਵਾਦ ਕਰਦਾ, ਕਿਉਂਕਿ ਸੋਤਾ ਪਿੰਡ ਡੱਫਰ ਪ੍ਰਧਾਨ SOD ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ, ਵੀਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ। ਦੋਵੇਂ ਵੀਰ ਮੇਰੇ ਵੀਰ ਪਿੰਡ ਤੋਂ ਪਹੁੰਚੇ ਆ, ਜਸਪਿੰਦਰ ਸਿੰਘ ਸੋਤਾ USA ਅਤੇ ਹਰਜੋਤ ਸਿੰਘ ਸੋਤਾ ਡੱਫਰ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਬੱਚਿਆਂ ਨੇ, ਅਤੇ ਇਹਨਾਂ ਨੂੰ ਦੇਖ ਕੇ ਇਹਨਾਂ ਸਾਰਾ ਪ੍ਰਗਟ ਮਾਨਗੜ੍ਹ ਜਿਸ ਦੇ ਕੋਲ
ਪੋਇਟਰੀ ਦੀ ਵੀ ਰੱਬ ਨੇ ਦਾਤ ਦਿੱਤੀ ਆ, ਉਸਦਾ ਨਾਂ ਲੈਣਾ ਮੈਂ ਭੁੱਲ ਗਿਆ। ਇਹਨਾਂ ਸਾਰਿਆਂ ਨੂੰ ਪਹਿਲਾਂ ਮੈਂ ਜਿੱਥੇ ਹਾਰ ਦੇ ਜੀ ਆਇਆ ਕਹਿੰਦਾ, ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਪਿਆਰੇ ਦੋਸਤੋ, ਪਿਆਰੇ ਬੱਚਿਓ, ਖੇਡਾਂ ਮਨੁੱਖੀ ਜ਼ਿੰਦਗੀ ਦਾ ਅਨਿੱਖੜ ਅੰਗ ਆ। ਜਦੋਂ ਤੁਸੀਂ ਸੰਸਾਰ ਦੀਆਂ ਸਿਵਲਾਈਜੇਸ਼ਨ ਦਾ ਇਤਿਹਾਸ ਪੜ੍ਹਦੇ ਆ ਤੇ ਉੱਥੇ ਮਨੁੱਖ ਨੇ ਜਿੱਥੇ ਹੋਰ ਫੀਲਡਸ ਦੇ ਵਿੱਚ ਦੇ ਪੁਆਇੰਟ 6 ਨੇ। ਹਾਂਜੀ, ਧੰਨਵਾਦ ਪ੍ਰਿੰਸੀਪਲ ਡਾਕਟਰ ਜਸਪਾਲ ਸਿੰਘ ਜੀ, ਖਾਲਸਾ ਕਾਲਜ ਗੜ੍ਹਦੀਵਾਲਾ ਤੋਂ ਪਹੁੰਚੇ ਆ, ਨਾਲ ਸੁਪਰਡੈਂਟ ਸਰਦਾਰ ਜਸਵਿੰਦਰ ਸਿੰਘ ਮਾਨਕੋ ਜੀ, ਇਹਨਾਂ ਦਾ ਜੀ ਆਇਆਂ ਨੂੰ ਆ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਵੱਲੋਂ ਸਮੂਹ ਸਟਾਫ ਵੱਲੋਂ ਕੀਤਾ ਜਾ ਰਿਹਾ ਆ, ਤੇ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਰ ਰੁਪਿੰਦਰਜੀਤ ਸਿੰਘ। ਇਹਨਾਂ ਦੇ ਸਟੂਡੈਂਟ ਰਹੇ ਆ ਹਰਿਆਣਾ ਕਾਲਜ ਵਿਖੇ, ਇਹਨਾਂ ਤੋਂ ਵਿੱਦਿਆ ਪ੍ਰਾਪਤ ਕੀਤੀ ਇਹਨਾਂ ਨੇ, ਤੇ ਬੜਾ ਮਾਣ ਹੁੰਦਾ ਆ ਅਧਿਆਪਕ ਨੂੰ ਜਦੋਂ ਉਹਨਾਂ ਦਾ ਆਪਣਾ ਪੜ੍ਹਾਇਆ ਹੋਇਆ ਵਿਦਿਆਰਥੀ ਆਪਣੇ ਵਧੀਆ ਅਹੁਦੇ ਤੇ ਸੁਸ਼ੋਭਿਤ ਹੁੰਦਾ ਆ, ਤੇ ਇਹ ਜਿਹੜਾ ਪਿਆਰ ਇਹਨਾਂ ਦਾ ਇੱਕ ਦੂਜੇ ਦੇ ਨਾਲ ਬੜੀ ਅੱਛੀ ਪ੍ਰੇਮ ਭਾਵਨਾ ਨੂੰ ਪ੍ਰਗਟ ਕਰਦਾ ਹੋਇਆ ਅੱਜ ਇੱਥੇ ਪਹੁੰਚੇ ਆ ਡਾਕਟਰ ਜਸਪਾਲ ਸਿੰਘ ਜੀ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਬੜੀ ਉੱਚੀ ਸ਼ਖਸੀਅਤ ਆ ਇਲਾਕੇ ਦੀ, ਤੇ ਨਾਲ ਜਸਵਿੰਦਰ ਸਿੰਘ ਮਾਨਕੋ ਜੀ ਸਮਾਜ ਸੇਵੀ ਆ, ਤੇ ਇਹਨਾਂ ਦਾ ਬੇਟਾ ਸਾਡੇ ਕੋਲ ਪਲੱਸ ਟੂ ਕਰਕੇ ਵਧੀਆ ਨੰਬਰ ਲੈ ਕੇ ਉਸ ਤੋਂ ਬਾਅਦ ਕੈਨੇਡਾ ਵਿਖੇ ਪਹੁੰਚ ਕੇ ਉੱਚ ਵਿੱਦਿਆ ਪ੍ਰਾਪਤ ਕਰ ਰਿਹਾ ਆ ਤਰਨਦੀਪ ਸਿੰਘ, ਕਿਉਂਕਿ ਪਹਿਲਾਂ ਤੇ ਦੂਜਾ ਟੂਰਨਾਮੈਂਟ ਜਦੋਂ ਹੋਇਆ ਸੀ ਨਾ, ਉਹਨੇ ਦੌੜ ਭੱਜ ਕੇ ਪੂਰੀ ਸੇਵਾ ਨਿਭਾਈ ਸੀ ਤਰਨਦੀਪ ਨੇ, ਤੇ ਜਦੋਂ ਦਿਲੋਂ ਕੋਈ ਸੇਵਾ ਕਰਦਾ ਪਰਮਾਤਮਾ ਨੂੰ ਫਲ ਦਿੰਦਾ ਹੀ ਆ, ਤੇ ਤਰਨਦੀਪ ਕੈਨੇਡਾ ਤੋਂ ਜਿਹੜਾ ਲਾਈਵ ਜੁੜਿਆ ਆ ਸਵੇਰ ਤੋਂ ਹੀ ਦੇਖ ਰਿਹਾ ਲਾਈਵ, ਪਾਪਾ ਦੇ ਨਾਲ ਕੰਟੈਕਟ ਵਿੱਚ ਆ, ਆਪਣੇ ਮਦਰ ਉਹਨਾਂ ਦੇ ਮਦਰ ਸਾਡੇ ਸਕੂਲ ਹਰਜੀਤ ਮੈਮ ਜਿਹੜੇ ਸੇਵਾਵਾਂ ਨਿਭਾਉਂਦੇ ਆ ਅਧਿਆਪਕ ਦੀਆਂ, ਬੜਾ ਮਾਣ ਵਾਲੀ ਗੱਲ ਆ ਕਿ ਉਹਨਾਂ ਦਾ ਬੇਟਾ ਇੱਥੋਂ ਪਲੱਸ ਟੂ ਕਰਨ ਤੋਂ ਬਾਅਦ ਕੈਨੇਡਾ ਵਿਖੇ ਰਹਿ ਕੇ ਸਾਡੇ ਨਾਲ ਜੁੜਿਆ ਆ, ਇੱਥੋਂ ਦੀ ਧਰਤੀ ਦੇ ਨਾਲ ਜੁੜਿਆ ਆ। ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਵਿਸ਼ੇਸ਼ ਤੌਰ ਦੇ ਉੱਪਰ ਪੁੱਜੇ ਆ, ਬਹੁਤ ਵੱਡਾ ਧੰਨਵਾਦ ਮਿਸਟਰ ਅਨਿਲ ਚੋਪੜਾ ਜੀ, ਚੇਅਰਮੈਨ ਸਾਹਿਬ ਵਿਸ਼ੇਸ਼ ਤੌਰ ਦੇ ਉੱਪਰ ਸਾਡੇ ਦਰਮਿਆਨ ਚੱਲ ਕੇ ਆਏ ਹੈ, ਬਹੁਤ ਵੱਡਾ ਧੰਨਵਾਦ। ਕੀ ਚਾਹੀ ਪੁਆਇੰਟ ਚੱਲ ਰਿਹਾ ਜੀ, ਬੈਚ ਚੋਟੀ ਦਾ ਦਿੱਤਾ ਪਾਸ, ਉਧਰਲੇ ਪਾਸੇ ਕੀਤੀ ਸਰਵਿਸ, ਸੈੱਟ ਪੁਆਇੰਟ ਬਾਈ ਚੇਂਜ ਲਾਉਣੀ ਪੈਣੀ ਹੈ, ਖਿਡਾਰੀਆਂ ਦੇ ਲਈ ਦੋਨੇ ਟੀਮਾਂ ਜਿਹੜੀਆਂ ਲਾਈਨ ਅਪ ਹੋ ਜਾਣ ਸਰ। ਬਹੁਤ ਬਹੁਤ ਧੰਨਵਾਦ ਆ, ਆਜੋ ਆਸ਼ੀਰਵਾਦ ਦੇਣਾ ਤੁਸੀਂ ਖਿਡਾਰੀਆਂ ਨੂੰ। ਸੈਂਟ ਸੋਲਜਰ ਗਰੁੱਪ ਆਫ ਇੰਸਟੀਟਿਊਸ਼ਨ ਜਲੰਧਰ ਦੇ ਚੇਅਰਮੈਨ ਸਾਡੇ ਦਰਮਿਆਨ ਸ਼੍ਰੀ ਅਨਿਲ ਚੋਪੜਾ ਜੀ ਪਹੁੰਚੇ ਆ, ਬੜਾ ਖੁਸ਼ੀਆਂ ਵਾਲਾ ਭਾਗਾਂ ਵਾਲਾ ਦਿਨ ਅੱਜ ਸਾਡੇ ਦਰਮਿਆਨ, ਇਹਨਾਂ ਦੀ ਆਮਦ ਹੋਈ। ਮਾਸਟਰ ਜੀ ਆ ਜਾਓ, ਤੁਸੀਂ ਵੀ ਬੋਬੀ ਭਾਜੀ ਆ ਜਾਓ। ਬਹੁਤ ਬਹੁਤ ਧੰਨਵਾਦ ਜਿਹਨਾਂ ਦੀ ਬਹੁਤ ਵੱਡਾ ਇਹਨਾਂ ਦੀ ਬ੍ਰਾਂਚਸ ਇਹਨਾਂ ਦੀ ਚੈਨ ਜਿਹੜੀ ਗਰੁੱਪ ਆਫ ਇੰਸਟੀਟਿਊਸ਼ਨ ਦੀ 35 ਸਕੂਲਸ 22 ਕਾਲਜਸ, ਤੇ ਇੱਕ ਬਹੁਤ ਵੱਡੀ ਗੱਲ ਕਿ ਜਲੰਧਰ ਦੇ CBSE ਸਕੂਲਾਂ ਦੇ ਪ੍ਰਧਾਨ ਵੀ ਆ ਅਨਿਲ ਚੋਪੜਾ ਲਈ, ਜ਼ੋਰਦਾਰ ਤਾੜੀਆਂ ਹੋ ਜਾਣਾ ਇੱਕ ਵਾਰੀ, ਕਿਉਂਕਿ 35 ਸਕੂਲ 22 ਕਾਲਜ ਚਲਾਉਣੇ ਕੋਈ ਖਾਲਾ ਜੀ ਦਾ ਬਾੜਾ ਨਹੀਂ। 60,000 ਦੇ ਕਰੀਬ ਸਟੂਡੈਂਟ ਪੜ੍ਹਦੇ ਆ ਇਹਨਾਂ ਦੇ ਵੱਖ ਵੱਖ ਸਕੂਲਸ ਕਾਲਜਸ ਦੇ ਵਿੱਚ, 5,000 ਦੇ ਕਰੀਬ ਜਿਹੜੇ ਟੀਚਰ ਵਿਦਿਆਰਥੀਆਂ ਨੂੰ
ਜਿਹੜੀ ਪੜ੍ਹਾਈ ਦੀ ਵਿੱਦਿਆ ਦਿੰਦੇ ਆ, ਬਹੁਤ ਵੱਡੀ ਚੇਨ ਸੈਂਟ ਸੋਜਰ ਗਰੁੱਪ ਆਫ ਇੰਸਟੀਟਿਊਸ਼ਨ, ਤੇ ਉਹਨਾਂ ਦਾ ਵਿਸ਼ੇਸ਼ ਉਪਰਾਲਾ, ਵਿਸ਼ੇਸ਼ ਐਫਰਟਸ ਜਿਨ੍ਹਾਂ ਨੇ ਪਰਮਿਸ਼ਨ ਦਿੱਤੇ ਹੋਏ, ਕਹਿੰਦੇ ਤੁਸੀਂ ਰੁਪਿੰਦਰਜੀਤ ਸਿੰਘ ਜੀ ਕਰਾਓ ਟੂਰਨਾਮੈਂਟ, ਅਸੀਂ ਤੁਹਾਡੇ ਨਾਲ। ਬੜੀ ਖੁਸ਼ੀ ਵਾਲੀ ਗੱਲ ਆ ਕਿ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਮੇਨ ਮੋਟਿਵ ਇਹਨਾਂ ਦਾ ਆ, ਕਿਉਂਕਿ ਆਪ ਖੁਦ ਬਹੁਤ ਵੱਡੇ ਸਮਾਜ ਸੇਵੀ ਆ, ਬਹੁਤ ਵੱਡਾ ਦਾਨ ਅਲੱਗ ਅਲੱਗ ਇੰਸਟੀਟਿਊਸ਼ਨ 'ਚ ਹਾਲੀ ਵਿੱਚ ਜਿਹੜਾ ਦਿੱਤਾ ਇਹਨਾਂ ਨੇ, ਅਨੇਕਾਂ ਸੰਸਥਾਵਾਂ ਦੇ ਨਾਲ ਜੁੜੇ ਆ। ਸ਼੍ਰੀਮਤੀ ਇੱਕ ਫੋਟੋ ਬਣੀ ਆ ਜੀ, ਪਲੀਜ਼ ਮੈਡਮ ਹੁਣੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ। ਚਾਹੇ ਕੋਈ ਸਮਾਜ ਭਲਾਈ ਦੀ ਗੱਲ ਲੈ ਲਓ, ਚਾਹੇ ਪੜ੍ਹਾਈ ਦੀ ਲੈ ਲਓ, ਚਾਹੇ ਖੇਡਾਂ ਦੀ ਲੈ ਲਓ, ਸਾਰੇ ਤੀਜਾ ਵਾਲੀਬਾਲ ਟੂਰਨਾਮੈਂਟ ਤੁਹਾਡੇ ਆਸ਼ੀਰਵਾਦ ਦੇ ਨਾਲ ਹੀ ਕਰਵਾਇਆ ਜਾ ਰਿਹਾ ਆ। ਹਾਂਜੀ, ਬਹੁਤ ਵੱਡਾ ਧੰਨਵਾਦ ਹੈ ਮਿਸਟਰ ਅਨਿਲ ਚੋਪੜਾ ਜੀ, ਚੇਅਰਮੈਨ ਸਾਹਿਬ, ਜੋ ਸਾਡੇ ਦਰਮਿਆਨ ਵਿਸ਼ੇਸ਼ ਤੌਰ ਦੇ ਉੱਪਰ ਪੁੱਜੇ ਹੈ। ਇੱਕ ਬਾਲ ਫੋਟੋ ਜਿਹੜੀ ਕੀਤੀ ਤੁਹਾਡੀ, ਕੀ ਬਾਲ ਵੀ ਪੈਦਾ ਕਰਦੀ ਹੈ। ਖੁਦ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਜੀ ਵਾਲੀਬਾਲ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਆ, ਬੜੇ ਮਾਣ ਵਾਲੀ ਗੱਲ ਆ ਸੈਂਟ ਸੋਜਰ ਗਰੁੱਪ ਆਫ ਇੰਸਟੀਟਿਊਸ਼ਨ ਨੂੰ ਕਿ ਉਹਨਾਂ ਜਿਹੜੇ ਪ੍ਰਿੰਸੀਪਲ ਖੁਦ ਫਿਜ਼ੀਕਲ ਫਿਟਨੈਸ ਦਾ ਸਬੂਤ ਦਿੰਦੇ ਹੋਏ ਖੇਡਾਂ ਨੂੰ ਅੱਗੇ ਲੈ ਕੇ ਜਾਂਦੇ ਆ, ਅਤੇ ਚੋਪੜਾ ਸਰ ਨੇ ਕਦੀ ਮਨਾ ਨਹੀਂ ਕੀਤਾ, ਉਹ ਕਹਿੰਦੇ ਤੁਸੀਂ ਟੂਰਨਾਮੈਂਟ ਕਰਾਓ, ਹਮੇਸ਼ਾ ਹੀ ਤੁਹਾਡੇ ਨਾਲ ਆ, ਸਰ ਦਾ ਬਹੁਤ ਵੱਡਾ ਸਹਿਯੋਗ ਆ। ਜ਼ੋਰਦਾਰ ਤਾੜੀਆਂ ਹੋ ਗਏ ਇੱਕ ਵਾਰੀ ਸੈਂਟ ਸੋਜਰ ਗਰੁੱਪ ਆਫ ਇੰਸਟੀਟਿਊਸ਼ਨ ਦੇ ਨਾਂ 'ਤੇ। ਬਹੁਤ ਬਹੁਤ ਧੰਨਵਾਦ ਆ ਸਰ, ਤੁਸੀਂ ਅੱਜ ਪਹੁੰਚੇ ਆ, ਅੱਜ ਪਹਿਲਾ ਦਿਨ ਆ, ਕੱਲ੍ਹ ਦੂਜਾ ਦਿਨ ਆ, ਸਰ 30-32 ਦੇ ਕਰੀਬ ਟੀਮਾਂ ਸਾਡੇ ਕੋਲ ਪਹੁੰਚੀਆਂ ਆ, ਮਾਝੇ ਮਾਲਵੇ ਦੁਆਬੇ ਤੋਂ ਬੜੇ ਅੱਛੇ ਪਲੇਅਰ ਪਹੁੰਚ ਰਹੇ ਆ, ਹਜੇ ਵੀ ਸਾਡੇ ਕੋਲ ਮੈਚ ਦੇਖਣ ਯੋਗ ਆ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ। ਹਾਂਜੀ, ਜਿਹੜਾ ਮੈਚ ਕੰਟੀਨਿਊ ਕੀਤਾ ਜਾਵੇ, ਬਹੁਤ ਬਹੁਤ ਥੈਂਕਸ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਤੁਹਾਨੂੰ। ਹਾਂਜੀ, ਤੀਜਾ ਵਾਲੀਬਾਲ ਟੂਰਨਾਮੈਂਟ ਸੈਂਟ ਸੋਲਜਰ ਦਵਾਈ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਕਰਵਾਇਆ ਜਾ ਰਿਹਾ ਆ, ਤੇ ਬੜੇ ਮਾਣ ਵਾਲੀ ਗੱਲ ਆ, ਜਿਹੜੇ ਸਪੋਂਸਰ ਇਸ ਖੇਡ ਮੇਲੇ ਦੇ ਨਾਲ ਜੁੜੇ ਆ, ਖੇਡਾਂ ਨੂੰ ਪਿਆਰ ਕਰਦੇ ਆ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ। ਸਾਡੇ ਇਲਾਕੇ ਦੇ ਸ਼ਾਮ ਟ੍ਰੇਨਿੰਗ ਕੰਪਨੀ ਤੋਂ ਰਾਜੀਵ ਕੁਮਾਰ, ਸੰਜੀਵ ਕੁਮਾਰ ਜੀ, ਉਹਨਾਂ ਵੱਲੋਂ ਪਹਿਲਾ ਪ੍ਰਾਈਜ਼ ਸਪੋਂਸਰ ਕੀਤਾ ਗਿਆ ਆ। ਹਮੇਸ਼ਾ ਹੀ ਲਗਾਤਾਰ ਤੀਜੀ ਵਾਰ ਸਾਡੇ ਨਾਲ ਜੁੜੇ ਆ ਸਪੋਂਸਰ ਹੁੰਦੇ ਆ ਕਿਸੇ ਨਾ ਕਿਸੇ ਪ੍ਰਾਈਜ਼ ਦੇ, ਇਸ ਵਾਰ ਪਹਿਲਾ ਪ੍ਰਾਈਜ਼ ਦੀ ਸੇਵਾ ਉਹਨਾਂ ਨੇ ਲਈ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਦੂਜਾ ਪ੍ਰਾਈਜ਼ ਜਿਹੜਾ ਬਲਵੀਰ ਸਿੰਘ ਰਾਜੂ ਆਸਟ੍ਰੇਲੀਆ ਤੋਂ, ਮੇਰੇ ਮਾਮਾ ਜੀ ਦੇ ਲੜਕਾ ਜੀ ਆ, ਉਹਨਾਂ ਵੱਲੋਂ ਸੈਕਿੰਡ ਪ੍ਰਾਈਜ਼ ਜਿਹੜਾ ਸਪੋਂਸਰ ਕੀਤਾ ਗਿਆ ਵੱਡੇ ਵੀਰ ਕੁਲਦੀਪ ਸਿੰਘ ਹੈਪੀ ਨੂੰ। ਤੀਜਾ ਪ੍ਰਾਈਜ਼ ਹੈ ਸਾਡਾ ਵੀਰ ਰੰਧਾਵੇ ਪਿੰਡ ਤੋਂ, ਬੇਸ਼ੱਕ ਵਿਦੇਸ਼ UK ਵਿਖੇ ਰਹਿ ਰਿਹਾ ਪਰ ਉਹਦਾ ਖੇਡਾਂ ਦੇ ਨਾਲ ਬਹੁਤ ਪਿਆਰ ਆ, ਖੇਡਾਂ ਦੇ ਨਾਲ ਪਿਆਰ ਆ, ਅੱਛਾ ਸਮਾਜ ਸੇਵੀ ਆ। ਕਿਤੇ ਵੀ ਕੋਈ ਇਲਾਕੇ ਦੇ ਵਿੱਚ ਟੂਰਨਾਮੈਂਟ ਹੁੰਦਾ ਆ, ਬਲਜਿੰਦਰ ਸਿੰਘ UK ਰੰਧਾਵੇ ਵਾਲਾ ਵੀਰ ਵੱਧ ਚੜ੍ਹ ਕੇ ਸਹਿਯੋਗ ਦਿੰਦਾ। ਇਸ ਵੀਰ ਨੂੰ ਇੱਕ ਕਾਲ ਹੀ ਲਾਈ ਸੀ, ਉਹ ਕਹਿੰਦਾ ਸੀ ਜਿਹੜੀ ਮਰਜ਼ੀ ਸੇਵਾ ਮੈਨੂੰ ਦੇ ਦਿਓ, ਪਹਿਲੇ ਦੀ ਦੇ ਦਿਓ, ਦੂਜੇ ਦੀ ਦੇ ਦਿਓ। ਅਸੀਂ ਕਹਾਂ ਭਾਜੀ ਪਹਿਲੇ ਦੂਜੇ ਦੀ ਹੋ ਗਈ, ਕਹਿੰਦਾ ਤੀਜੇ ਦੀ ਮੈਂ ਦੇ ਦਿੰਦਾ ਹਾਂ। ਅਸੀਂ ਵੀਰ ਦਾ ਧੰਨਵਾਦ ਕਰਦੇ ਹਾਂ, ਇਸ ਇਲਾਕੇ ਦੀ ਸ਼ਾਨ ਆ, ਖੇਡ ਮੇਲਿਆਂ ਦੀ ਸ਼ਾਨ ਆ, ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤਰੀਕੇ ਕਿਸੇ ਵੀ ਟੂਰਨਾਮੈਂਟ ਹੋਵੇ, ਬਲਜਿੰਦਰ ਸਿੰਘ ਰੰਧਾਵਾ UK ਵਾਲਾ ਵੀਰ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦਾ ਆ, ਕਿਉਂਕਿ ਉਸ ਵੀਰ ਨੂੰ ਇਸ ਖੇਡਾਂ ਦੇ ਨਾਲ ਪਿਆਰ ਹੈ, ਇਸ ਗਲੀਆਂ ਦੇ ਵਿੱਚ ਆਪਣੇ ਰੰਧਾਵਾ ਪਿੰਡ ਦੀ ਗਲੀਆਂ ਦੇ ਵਿੱਚ ਖੇਡਿਆ ਆ, ਬੜਾ ਡਾਊਨ ਟੂ ਅਰਥ ਪਰਸਨ ਆ ਉਸ ਵੀਰ ਦਾ, ਅਸੀਂ ਧੰਨਵਾਦ ਕਰਦੇ ਹਾਂ। ਤੀਜੇ ਪ੍ਰਾਈਜ਼ ਦਾ ਸਪੋਂਸਰ ਆ ਬਲਜਿੰਦਰ ਸਿੰਘ UK ਰੰਧਾਵੇ 14, ਬਹੁਤ ਬਹੁਤ ਧੰਨਵਾਦ ਵੀਰ ਦਾ। 17 ਮੈਚ ਜਿਹੜਾ ਚੱਲ ਰਿਹਾ, ਚੱਲਦੇ ਮੈਚ ਜਿਹੜਾ ਮੌਸਮ ਨੇ ਖਰਾਬੀ ਪੈਦਾ ਕੀਤੀ, ਪਰ ਆਹ ਦੇਖੋ ਸਾਡੇ ਵਲੰਟੀਅਰ
ਸਾਡੇ ਵਲੰਟੀਅਰ ਸਾਡੀਆਂ ਆਇਆ ਆਹ ਦੇਖੋ ਆਹ ਦੇਖੋ ਪੰਡਿਤ ਜੀ ਸਾਡੇ ਪੰਡਿਤ ਜੀ ਉਹ ਪੰਡਿਤ ਦੇ ਲਈ ਤਾੜੀਆਂ ਮਾਰ ਦੇਵੇ ਇੱਕ ਵਾਰੀ ਜ਼ੋਰਦਾਰ ਪੰਡਿਤ ਜੀ ਡਿਊਟੀ ਨੂੰ ਡੈਡੀਕੇਸ਼ਨ ਨੂੰ ਸਲਾਮ ਆ ਸੋਲਜਰ ਵਿਖੇ ਜਿਹੜਾ ਟੂਰਨਾਮੈਂਟ ਚੱਲ ਰਿਹਾ ਇਹ ਬਾਰਿਸ਼ ਦੀ ਬ੍ਰੇਕ ਤੋਂ ਬਾਅਦ ਦੇਖੋ ਗਰਾਊਂਡ ਨੂੰ ਕਿਵੇਂ ਸਾਫ਼ ਕੀਤਾ ਜਾ ਚੁੱਕਾ ਆ ਜੇ ਤੁਸੀਂ ਪਹਿਲੀ ਵੀਡੀਓ ਦੇਖੋਗੇ ਉਸ ਟਾਈਮ ਗਰਾਊਂਡ ਦੇਖੋ ਤਾਂ ਹੁਣ ਦੇਖੋ ਇਹ ਤਕਰੀਬਨ ਅੱਧੇ ਪੌਣੇ ਘੰਟੇ ਦੇ ਵਿੱਚ ਗਰਾਊਂਡ ਨੂੰ ਪੂਰਾ ਪ੍ਰਪੇਅਰ ਕਰ ਦਿੱਤਾ ਗਿਆ ਪ੍ਰਿੰਸੀਪਲ ਸਰ ਖੁਦ ਲੱਗੇ ਹੋਏ ਖਿਡਾਰੀ ਮੱਲੇ ਵਾਲੀ ਟੀਮ ਦੇ ਖਿਡਾਰੀ ਆਪ ਖੁਦ ਗਰਾਊਂਡ ਨੂੰ ਸਾਫ਼ ਕਰ ਰਹੇ ਆ ਸਾਡੇ ਵਲੰਟੀਅਰ ਮੁੰਡੇ ਦੇਖੋ ਨਾਲ ਸਾਡੇ ਡਰਾਈਵਰ ਵੀਰ ਆਇਆ ਨੇ ਵੀ ਆਪਣਾ ਸਾਥ ਪੂਰਾ ਦਿੱਤਾ ਆ ਸਾਫ਼ ਕਰਨ ਦੇ ਵਿੱਚ ਗਰਾਊਂਡ ਨੂੰ ਅਤੇ ਆਹ ਦੇਖੋ ਪੂਰੀ ਤਿਆਰ ਬਰ ਤਿਆਰ ਆ ਗਰਾਊਂਡ ਇਹ ਜਿਹੜੇ ਮੈਚ ਅਜੇ ਹੋਰ ਹੋਣਗੇ ਆਹ ਦੇਖੋ ਗਰਾਊਂਡ ਨੂੰ ਪੂਰਾ ਸ਼ਿੰਗਾਰ ਦਿੱਤਾ ਗਿਆ ਦੁਬਾਰਾ ਫਿਰ ਹਰ ਕੋਈ ਆਪਣੀ ਡਿਊਟੀ ਨਿਭਾ ਰਿਹਾ ਦੇਖੋ ਸਾਡੇ ਵਲੰਟੀਅਰ ਉਹ ਸਟੂਡੈਂਟ ਜਿਹੜੇ ਸਾਡੇ ਕੋਲ ਪੇਪਰ ਦਿੱਤੇ ਉਹ ਵੀ ਪਹੁੰਚੇ ਆ ਜਿਹੜੇ ਪੜ੍ਹ ਰਹੇ ਉਹ ਵੀ ਧੰਨਵਾਦ ਆ ਜੀ ਆਹ ਜਿਹੜਾ ਮੈਚ ਦੇਖਣ ਯੋਗ ਮੈਚ ਆ ਜੀ ਬੋਦਲਾਂ ਵਾਸਿਸ ਮੱਲੇ ਵਾਲ ਜਿਹਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਇੰਟਰਨੈਸ਼ਨਲ ਖਿਡਾਰੀ ਕਮਲ ਜੰਪ ਜਿਹਨੂੰ ਪੂਰੀ ਦੁਨੀਆ ਜਾਣਦੀ ਆ ਅੱਜ ਬੋਦਲਾਂ ਦੀ ਟੀਮ ਵੱਲੋਂ ਖੇਡ ਰਿਹਾ ਪਿੰਡ ਇਹਦਾ ਟੱਟਾ ਆ ਕਮਲ ਜੰਪ ਦੀ ਗੇਮ ਦੇਖੋ ਬਈ ਆਹ ਕਮਲ ਜੰਪ ਆ ਚਾਰ ਨੰਬਰ ਕਿੱਟ ਤੋਂ ਖੇਡ ਰਿਹਾ ਇੰਟਰਨੈਸ਼ਨਲ ਖਿਡਾਰੀ ਜਿਹੜਾ ਅੱਜ ਸੈਂਟ ਸੋਲਜਰ ਦੀ ਧਰਤੀ 'ਤੇ ਧੁੰਮਾਂ ਪਾ ਰਿਹਾ ਕਮਲ ਬੜਾ ਮਾਣ ਆ ਸਾਨੂੰ ਇਹਨਾਂ ਖਿਡਾਰੀਆਂ ਦੇ ਜੋ ਇਲਾਕੇ ਦੇ ਵਧੀਆ ਨਾਮਣਾ ਖੱਟਦੇ ਆ ਬਹੁਤ ਹੀ ਵਧੀਆ ਮੈਚ ਦੇਖਣ ਯੋਗ ਮੈਚ ਆ ਆਮਦ ਹੋਈ ਆ ਪ੍ਰਿੰਸੀਪਲ ਗਗਨਦੀਪ ਸਿੰਘ ਜੀ ਦੀ ਜਿਹੜੇ ਕਿ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਜੀ ਦੇ ਛੋਟੇ ਬ੍ਰਦਰ ਆ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਲਕਸ਼ਮੀ ਇਨਕਲੇਵ ਹੁਸ਼ਿਆਰਪੁਰ ਵਿਖੇ ਸੇਵਾਵਾਂ ਨਿਭਾਉਂਦੇ ਆ ਦੋਨੇ ਭਰਾਵਾਂ ਨੇ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਆ ਕਿਉਂਕਿ ਸਕੂਲ ਨੂੰ ਚਲਾਉਣਾ ਸਕੂਲ ਦੀ ਕਪਤਾਨੀ ਕਰਨੀ ਬੜੀ ਔਖੀ ਆ ਅਤੇ ਅੱਜ ਸਾਡੇ ਚੇਅਰਮੈਨ ਸੈਂਟ ਸੋਲਜਰ ਦੇ ਦੋਨਾਂ ਸਕੂਲਾਂ 'ਚ ਵਿਜਿਟ ਕਰਕੇ ਆਏ ਆ ਅਤੇ ਬੜਾ ਵਧੀਆ ਲੱਗਾ ਉਹਨਾਂ ਨੂੰ ਇੱਥੇ ਵੀ ਅਤੇ ਗਗਨਦੀਪ ਭਾਅ ਜੀ ਜਿਹੜੀਆਂ ਉੱਥੇ ਸੇਵਾਵਾਂ ਨਿਭਾਉਂਦੇ ਆ ਉਹਨਾਂ ਨੂੰ ਵੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਆ ਅਸੀਂ ਇਹਨਾਂ ਦੋਨਾਂ ਭਰਾਵਾਂ ਲਈ ਜ਼ੋਰਦਾਰ ਤਾੜੀਆਂ ਇੱਕ ਵਾਰ ਹੋ ਜਾਣ ਇਹਨਾਂ ਭਰਾਵਾਂ ਦੀ ਡੈਡੀਕੇਸ਼ਨ ਨੂੰ ਸੇਵਾਵਾਂ ਨੂੰ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਗਗਨ ਭਾਅ ਜੀ ਤੁਸੀਂ ਕੱਲ੍ਹ ਵੀ ਇੱਡੀ ਡਿਊਟੀਆਂ ਨਿਭਾਉਣੀਆਂ ਇੱਥੇ ਕਿਉਂਕਿ ਹੌਸਲੇ ਬਹੁਤ ਹੁੰਦੇ ਆ ਬਹੁਤ ਬਹੁਤ ਧੰਨਵਾਦ ਗਗਨਦੀਪ ਭਾਅ ਜੀ ਦਾ ਸੁਖਦੇਵ ਸਾਹਿਬ ਖਾਲਸਾ ਕਾਲਜ ਵਿਖੇ ਸੇਵਾਵਾਂ ਨਿਭਾਉਂਦੇ ਆ ਸਰਦਾਰ ਜਸਵਿੰਦਰ ਸਿੰਘ ਮਾਣਕੂ ਜੀ ਕਿਉਂਕਿ ਸਮਾਜ ਸੇਵੀ ਬੜੀ ਅੱਛੀ ਸ਼ਖਸੀਅਤ ਜਿਹਨਾਂ ਦਾ ਬੇਟਾ ਕਰਨਦੀਪ ਸਾਡੇ ਸਕੂਲ ਦਾ ਸਟੂਡੈਂਟ ਰਿਹਾ ਹੁਣ ਕੈਨੇਡਾ ਦੀ ਧਰਤੀ 'ਤੇ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਪੜ੍ਹਾਈ ਕਰ ਰਿਹਾ ਆ ਉਹਨਾਂ ਵੱਲੋਂ ਜਿਹੜੀ ਪਾਣੀ ਦੀ ਸੇਵਾ 60 ਪੇਟੀਆਂ ਜਿਹੜੀ ਆ ਇਸ ਟੂਰਨਾਮੈਂਟ ਲਈ ਭੇਜੀ ਗਈ ਆ ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਸਰਦਾਰ ਜਸਵਿੰਦਰ ਸਿੰਘ ਮਾਣਕੂ ਸਾਹਿਬ ਸੁਪਰਡੈਂਟ ਸਾਹਿਬ ਅਤੇ ਉਹਨਾਂ ਦੇ ਬੇਟੇ ਤਰਨਦੀਪ ਸਿੰਘ ਅਤੇ ਉਹਨਾਂ ਦੇ ਤਰਨਦੀਪ ਸਿੰਘ ਦੇ ਮਾਤਾ ਜੀ ਸਤਿਕਾਰਯੋਗ ਹਰਜੀਤ ਮੈਡਮ ਸਾਡੇ ਸਕੂਲ ਵਿਖੇ ਅਧਿਆਪਕ ਦੀਆਂ ਸੇਵਾਵਾਂ ਨਿਭਾਉਂਦੇ ਆ ਇਹਨਾਂ ਸਾਰੇ ਪਰਿਵਾਰ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਿੰਸੀਪਲ ਸਰ ਵੱਲੋਂ ਸਟਾਫ ਵੱਲੋਂ ਮੈਨੇਜਮੈਂਟ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥਰਡ ਵਾਲੀਬਾਲ ਟੂਰਨਾਮੈਂਟ ਨੂੰ ਸਪੋਂਸਰ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਰਾਜੀਵ ਕੁਮਾਰ ਸੰਜੀਵ ਕੁਮਾਰ ਜੀ ਦਾ ਸ਼ਾਮ ਟ੍ਰੇਨਿੰਗ ਕੰਪਨੀ ਗੜ੍ਹਦੀਵਾਲਾ ਦਾ ਜਿਹਨਾਂ ਨੇ ਪਹਿਲਾ ਪ੍ਰਾਈਜ਼ ਸਪੋਂਸਰ ਕੀਤਾ 21,000 ਰੁਪਏ ਦਾ ਸਹਿਜੋਵਾਲ ਵਾਲੇ
ਬਹੁਤ ਬਹੁਤ ਧੰਨਵਾਦ ਹਰ ਟੂਰਨਾਮੈਂਟ ਦੇ ਆਪਣੇ ਬਹੁਤ ਵੱਡੇ ਸਹਿਯੋਗ ਸਪੋਂਸਰਸ਼ਿਪ ਦੇ ਨਾਲ ਦਿੰਦੇ ਆ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੈਕਿੰਡ ਪ੍ਰਾਈਜ਼ ਦੇ ਸਪੋਂਸਰ ਬਲਵੀਰ ਸਿੰਘ ਰਾਜੂ ਆਸਟ੍ਰੇਲੀਆ ਵਾਲੇ ਮੇਰੇ ਮਾਮਾ ਜੀ ਦੇ ਲੜਕੇ, ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਸਪੋਂਸਰ। ਤੀਜਾ ਪ੍ਰਾਈਜ਼ ਸਪੋਂਸਰ ਸਾਡਾ ਵੀਰ ਰੰਧਾਵੇ ਤੋਂ ਬਲਜਿੰਦਰ ਸਿੰਘ ਯੂਕੇ, ਬਲਜਿੰਦਰ ਸਿੰਘ ਯੂਕੇ ਜਿਹੜਾ ਯੂਕੇ ਦੀ ਧਰਤੀ 'ਤੇ ਰਹਿ ਰਿਹਾ ਪਰ ਉਹਦਾ ਖੇਡਾਂ ਦੇ ਨਾਲ ਬਹੁਤ ਲਗਾਓ ਆ, ਅਤੇ ਮੈਂ ਕਹਿੰਦਾ ਕਿ ਹਰ ਖੇਡ ਮੇਲੇ ਦੇ ਵਿੱਚ ਬਹੁਤ ਵੱਡੀ ਸਪੋਂਸਰਸ਼ਿਪ ਕਰਦਾ ਆ, ਅਤੇ ਇਸ ਵੀਰ ਨੇ ਮਾੜੀ ਜਿਹੀ ਬੇਨਤੀ 'ਤੇ ਹੀ ਤੀਜਾ ਪ੍ਰਾਈਜ਼ ਜਿਹੜਾ ਸਪੋਂਸਰ 9100 ਰੁਪਈਆ ਕੀਤਾ। ਮੈਂ ਧੰਨਵਾਦ ਕਰਦਾ ਹਾਂ ਬਲਜਿੰਦਰ ਸਿੰਘ ਯੂਕੇ ਵਾਲੇ ਦਾ, ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਆ। ਇੱਕ ਧੰਨਵਾਦ ਵਿਸ਼ੇਸ਼ ਤੌਰ 'ਤੇ ਬਣ ਰਿਹਾ ਮੇਰੇ ਸਤਿਕਾਰਯੋਗ ਜੀਜਾ ਜੀ ਸਰਬਜੀਤ ਸਿੰਘ ਸਾਬੀ ਆਸਟ੍ਰੇਲੀਆ ਵਾਲੇ, ਉਹਨਾਂ ਵੱਲੋਂ 11000 ਰੁਪਏ ਦਾ ਯੋਗਦਾਨ ਜਿਹੜਾ ਦਿੱਤਾ ਗਿਆ ਉਹਨਾਂ ਦਾ ਧੰਨਵਾਦ ਕਰਦਾ। DIG ਸਰਦਾਰ ਦਲਜੀਤ ਸਿੰਘ ਲਾਠਾ ਜੀ, ਉਹਨਾਂ ਵੱਲੋਂ 5000 ਦਾ ਯੋਗਦਾਨ ਧੰਨਵਾਦ ਕਰਦਾ। SOD ਪ੍ਰਧਾਨ ਹਰਜੋਤ ਸਿੰਘ ਸੋਤਾ ਵੱਲੋਂ 2100 ਰੁਪਏ ਦਾ ਯੋਗਦਾਨ, ਸਾਡੇ ਸਤਿਕਾਰਯੋਗ ਮੈਨੇਜਰ ਫਕੀਰ ਸਿੰਘ ਜੀ ਉੱਘੇ ਸਮਾਜ ਸੇਵੀ, ਉਹਨਾਂ ਵੱਲੋਂ 21000 ਦਾ ਯੋਗਦਾਨ, 2100 ਦਾ ਯੋਗਦਾਨ, 2100 ਦਾ ਯੋਗਦਾਨ ਹਰਜੋਤ ਸਿੰਘ ਸੋਤਾ ਵੱਲੋਂ, ਅਤੇ 5000 ਦਾ ਯੋਗਦਾਨ ਜਸਪਿੰਦਰ ਸਿੰਘ USA ਬੱਬੂ ਵੀਰ ਜਿਹੜਾ ਸਪੈਸ਼ਲ ਵਿਦੇਸ਼ ਦੀ ਧਰਤੀ ਤੋਂ ਇੱਥੇ ਪੁੱਜਾ ਆ, ਇਹਨਾਂ ਦਾ ਧੰਨਵਾਦ। ਅਤੇ ਡਾਕਟਰ ਜੈਸਲਪਾਲ ਗੜ੍ਹਦੀ ਵਾਲਾ, ਉਹਨਾਂ ਵੱਲੋਂ 10000 ਦਾ ਯੋਗਦਾਨ ਜਿਹੜਾ ਇਸ ਟੂਰਨਾਮੈਂਟ ਦਿੱਤਾ ਗਿਆ ਆ। ਇਹਨਾਂ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਿੰਸੀਪਲ ਸਰ ਵੱਲੋਂ ਅਤੇ ਮੈਨੇਜਮੈਂਟ ਵੱਲੋਂ ਧੰਨਵਾਦ ਕਰਦਾ।